ਕਿਵੇਂ ਹੋ? ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ 3 ਮਹੀਨੇ ਕੀ ਚੱਲਿਆ ਹਨਾ, ਬਾਲੀ ਹੇਟ ਇਕੱਠੀ ਕੀਤੀ ਮੈਂ ਉਹਦੇ ਨਾਂ ਤੇ। ਇੱਕ ਬੰਦਾ ਬਹੁਤ ਟੱਪਿਆ ਜਿਹਨੂੰ ਮੈਂ ਜਾਣਦਾ ਵੀ ਨਹੀਂ ਸੀ, ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ ਤੇ ਆਊਟ ਆਫ ਨੋਵੇਅਰ ਬਹੁਤ ਟੱਪਿਆ ਉਹ ਬਾਈ ਹਨਾ। ਉਹਦਾ ਨਾਂ ਕੁਆਟਰ, ਪਤਾ ਨਹੀਂ ਅਨਮੋਲ ਕੁਆਟਰ ਕੀ ਆ, ਕਹਿਣ ਨੂੰ ਤਾਂ ਬਾਈ ਸੇਵਾਦਾਰ ਆ, ਮੈਨੂੰ ਲੱਗਦਾ ਸਭ ਤੋਂ ਹੀ ਵੱਡਾ ਸੇਵਾਦਾਰ ਆ ਉਹ ਹਨਾ, ਪਰ 24 ਘੰਟੇ ਪੋਡਕਾਸਟ ਹੀ ਪਾਉਂਦਾ ਰਹਿੰਦਾ। ਮੈਂ ਤਾਂ ਉਹਦੇ ਪੋਤੋਂ ਇਲਾਵਾ ਤਾਂ ਮੈਂ ਕੋਈ ਦੇਖਿਆ ਨਹੀਂ ਉਹਦਾ। ਤੇਰੇ ਵਾਸਤੇ ਵੀਡੀਓ ਆ ਇਹ, ਜਿਹੜੀ ਤੇਰੇ ਨਾਲ ਦੀ ਆ ਪੋਡਕਾਸਟਰ ਮੰਡਲੀ ਆ, ਤੁਸੀਂ ਆ ਹਫਤੇ 'ਚ ਬੰਨ ਬੰਨ ਇੱਕ ਪਾਉਂਦਾ ਹਨਾ ਤੁਸੀਂ। ਮੈਂ ਆਈ ਬੀਨ ਵਾਚਿੰਗ ਯੂ ਗਾਈਸ, ਤੁਹਾਨੂੰ ਮੈਂ ਟੈਗ ਮਾਰੂੰਗਾ ਜਿਹੜੇ ਤੇਰੇ ਨਾਲ ਦੇ ਆ 2-3 ਕਮੇਡੀਅਨ ਜੇ ਨੇ, ਇਹਨਾਂ ਨੂੰ ਲੈ ਕੇ ਸਾਰਿਆਂ ਨੂੰ ਇੱਕ ਕਮਰੇ 'ਚ ਬੈਠੀ, ਤੂੰ ਵੀ ਬੈਠੀ, ਸਿਰ ਢੱਕ ਕੇ ਬੈਠੇ ਹੋ ਸਾਰੇ ਜਾਣੇ। ਉਹ ਨਿਹੰਗ ਸਿੰਘ ਬਾਈ ਨੂੰ ਦੁਬਾਰਾ ਆਪਦੇ ਪੋਡਕਾਸਟ ਤੇ ਸੱਦੋ, ਬੈਟਲ ਆਫ ਚਮਕੌਰ ਪਲੇ ਕਰੋ, ਜਾਣੋ ਬੈਟਲ ਕੀ ਹੋਇਆ ਸੀ ਉਸ ਟਾਈਮ ਤੇ। ਮੈਨੂੰ ਲੱਗਦਾ ਨੀ ਤੈਨੂੰ ਕੁਛ ਪਤਾ ਹੋਊਗਾ, ਪਰ ਪੱਗ ਦੀ ਤੂੰ ਉਸ ਟਾਈਮ ਤੇ ਬਹੁਤ 2 ਪੋਡਕਾਸਟ ਸਿੱਤੇ ਸੀ ਤੂੰ ਨਸੀਬ ਤੇ, ਕਿ ਨਸੀਬ ਨੂੰ ਪੱਗ ਦੀ ਕਦਰ ਨੀ। ਮੈਨੂੰ ਵੀ ਦੱਸੋ ਬਾਈ, ਮੈਂ ਤੇਰੇ ਪੋਡਕਾਸਟ ਦੇਖੂੰਗਾ, ਮੈਨੂੰ ਵੀ ਹੁਣ ਦੱਸੀ ਬੈਟਲ ਆਫ ਚਮਕੌਰ 'ਚ ਹਨਾ ਬਈ, ਮੈਂ ਕੋਈ ਗਲਤੀ ਤਾਂ ਨਹੀਂ ਕਰਤੀ ਬਾਈ, ਮੈਂ ਤੇਥੋਂ ਪੁੱਛ ਰਿਹਾ ਹਨਾ। ਮਾੜਾ ਜਿਹਾ ਪ੍ਰੂਵ ਕਰਿਓ, ਮੈਂ 2 ਘੰਟਿਆਂ 'ਚ ਫਿਰ ਵੀਡੀਓ ਸਿੱਟੂਗਾ ਬੈਟਲ ਆਫ ਚਮਕੌਰ ਦੀ, ਸਾਰੇ ਜਾਣੇ ਬੈਠ ਕੇ ਦੇਖਿਓ। ਤੇ ਹੁਣ ਇਹ ਪੋਡਕਾਸਟ ਸਿੱਟੀ ਮੇਰੀ ਨਿਗਾਹ ਤਰਤੇ ਜੱਸੇ ਸਿੰਘ ਨਾਲ, ਬਾਈ ਨਾਲ ਹੀ ਬੈਠਾਂਗੇ ਆਪਾਂ, ਉਹ ਵੀ ਮੇਰੀ ਜਾਨ ਨੇ, ਉਹ ਵੀ ਬਾਣੇ 'ਚ ਨੇ, ਤੁਸੀਂ ਆਪ ਹੀ ਕਿਹਾ ਕਿ ਤਾਂ ਪੂਰੇ ਗੁਰੂ ਦੇ ਨੇ, ਉਹਨਾਂ ਨਾਲ ਬਹਿ ਜਾਂਗੇ ਆਪਾਂ। ਪੋਡਕਾਸਟ ਵੀ ਮੈਂ ਗੱਲ ਉਹਨਾਂ ਨਾਲ ਹੀ ਕੀਤੀ, ਤੁਹਾਡੀ ਕਿਸੇ ਹੋਰ ਨਾਲ ਨਹੀਂ ਕੀਤੀ। ਇੰਸਟਾਗ੍ਰਾਮ ਮੈਂ ਚੈੱਕ ਤਾਂ ਕੀਤਾ ਸੀਗਾ ਕਿ ਮੈਨੂੰ ਇਹ ਸੀਗਾ ਕਿ ਮੈਂ ਬਾਈ ਨੂੰ ਮੈਸੇਜ ਕੀਤਾ ਹੋਇਆ ਕਾਲ ਗਾਣੇ, ਇਸ ਲਈ ਚੈੱਕ ਕੀਤਾ ਸੀ ਮੇਰੀ ਜਾਨ। ਜਿਹੜੇ ਬੰਦੇ ਨੂੰ ਇੰਨਾ ਨਹੀਂ ਪਤਾ ਕਿ ਨਿਹੰਗ ਸਿੰਘ ਜਾਣ ਜੂਣ ਨਹੀਂ ਹੁੰਦੇ, ਜਿਹੜਾ ਨਿਹੰਗ ਸਿੰਘਾਂ ਨੂੰ ਜਾਣ ਕਹਿ ਕੇ ਸੱਦਦਾ, ਤੁਸੀਂ ਉਹ ਬੰਦੇ ਨੂੰ ਸੇਵਾਦਾਰ ਕਹਿ ਰਹੇ ਹੋ? ਲੋਕੋ, ਅਕਲ ਨੂੰ ਹੱਥ ਮਾਰੋ। ਮੈਨੂੰ ਲੱਗਦਾ ਮੈਨੂੰ ਬੈਟਲ ਆਫ ਚਮਕੌਰ ਸ਼ੇਅਰ ਕਰਨਾ ਚਾਹੀਦਾ ਸੀ, ਬਟ ਮੈਨੂੰ ਅਗਰ ਗਿਵ ਮਾਈ ਹੋਲ ਸਟੋਰੀਜ਼ ਟੂ ਦਿਸ ਫਕਿੰਗ ਕਲਾਊਟ ਮੈਨ, ਲਿਟਰਲੀ ਦੈਟ ਗਾਈ ਇਜ਼ ਅ ਸਮਾਰਟ ਫਕਿੰਗ ਕਲਾਊਟ, ਆਮ ਨੋਟ ਲਾਇੰਗ। ਇਹੋ ਜਿਹੇ ਲੋਕਾਂ ਨੂੰ ਤੁਸੀਂ ਫੋਲੋ ਕਰਦੇ ਹੋ, ਸੇਵਾ ਕਰਨੀ ਆਪਦੇ ਹੱਥੋਂ ਕਰੋ। ਜੇ ਇਹੋ ਜਿਹੇ ਲੋਕਾਂ ਨੂੰ ਤੁਸੀਂ ਫੋਲੋ ਕਰਦੇ ਹੋ, ਫਿਰ ਤੁਸੀਂ ਵੀ ਜਾਣ ਹੀ ਹੋ।